Simá? Simá? शुक्र है सरजीत कौर आ गई, अपना काम बन जाना हुण। आई आंटी, सत श्रीकाल जी। सत श्रीकाल, आ गए जी। हां आ जाओ। ਹੋਰ ਸੁਣਾਓ, ਠੀਕ ਹੋ? ਹਾਂਜੀ ਹਾਂਜੀ ਠੀਕ ਹੈ। ਮੇਰੀ ਸੁਣੋ ਗੱਲ ਇੱਕ ਮਿੰਟ। ਹਾਂਜੀ, ਹੁਣ ਆਏ ਜੇ? ਹਾਂਜੀ, ਕੰਮ ਬਣਾ ਕੇ ਜਾਇਓ। ਲੈ ਫਿਕਰ ਹੀ ਨਾ ਕਰ ਤੂੰ, ਮੈਂ ਬੜੇ ਰਿਸ਼ਤੇ ਕਰਾਉਂਦੀ ਹਾਂ। ਰਿਸ਼ਤੇ ਤਾਂ ਚਲੋ ਤੁਸੀਂ ਕਰਾਉਂਦੇ ਜੇ, ਹਾਂ, ਪਰ ਇੱਥੇ ਗੱਲ ਪੱਕੀ ਕਰਕੇ ਜਾਇਓ। ਮੈਂ ਕਹਿ ਤੂੰ ਮੈਂ ਤੁਹਾਡੀ ਲਾ, ਮੇਰੀ ਗੱਲ ਤੇ ਸੁਣ ਲਓ। ਹਾਂਜੀ, ਮੈਂ ਤੁਹਾਡੀ ਉਂਗਲ ਪੀਲੀ ਕਰ ਦੂੰਗੀ। ਅੱਛਾ, ਉੱਠਿਓ ਨਾ ਉਹਨਾਂ ਚੱਕਰ, ਮੰਮੀ ਨਾਲ ਪੂਰੀ ਗੱਲ ਕਰਕੇ ਤੇ ਫੇਰ ਜਾਇਓ। ਲੈ ਉਂਗਲ ਛੱਡ ਕੇ ਮੈਂ ਕੰਨ ਵੀ ਪੀਲੇ ਕਰ ਲਿਆ, ਸੂਟ ਵੀ ਵੇ ਮੇਰਾ ਪੀਲਾ। ਮੈਂ ਚੜ੍ਹਦੀ ਕੱਲ ਕੱਟ ਚੱਲ ਆ ਜਾ ਅੰਦਰ, ਅੰਦਰ ਬੈਠੇ ਮੰਮੀ ਹੁਣੀ ਆ ਜਾਓ, ਠੀਕ ਹੈ? ਗੱਲ ਕਰੀ ਆ ਜਾਓ ਆਂਟੀ, ਆ ਜਾਓ। ਸ਼ਮੀ ਪਾਣੀ ਲਿਆਈ ਇੱਕ ਗਲਾਸ ਅੰਦਰ। ਹਾਂਜੀ ਦੀਦੀ, ਚਲੋ ਆ ਜਾਓ ਆਂਟੀ। ਇਹ ਆਂਟੀ ਤੇ ਵੇਖ ਵੇਖੇ ਜੇ ਲੱਗਣ ਡੇ ਆ ਕਿਤੇ, ਸ਼ਾਇਦ ਸੁਰਜੀਤ ਆਂਟੀ ਨੇ। ਇਹ ਕਿੱਧਰ ਆਏ ਨੇ? ਚੱਲ ਪਾਣੀ ਲੈ ਕੇ ਜਾਂਦੀ ਹਾਂ। ਸ਼ੁਕਰ ਹੈ, ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਪਈ ਕਿ ਲੱਕੀ ਵੀ ਮੇਰੇ ਨਾਲ ਖੁਸ਼ ਹੋ ਕੇ ਬੋਲਿਆ। ਤੇ ਦੱਸ ਮੰਮਾ, ਖੁਸ਼ ਹੋ ਕੇ ਬੋਲਣਾ ਨਹੀਂ? ਐਵੇਂ ਬੋਲਿਆ ਕਰ ਲੱਕੀ, ਹੁਣ ਇਸ ਤਰ੍ਹਾਂ ਹੀ ਬੋਲਿਆ ਕਰਨਾ ਵਾ। ਤੇ ਤੂੰ ਜਾਂਦਾ ਨਹੀਂ ਪਈ ਕੰਮ ਤੇ? 10 ਮਿੰਟ ਰੁਕ ਜਾਓ, ਜਾਣਾ ਵਾ। ਕੋਈ ਨਾ, ਕਿਉਂ ਰੁਕੋ? ਸਹੀ, ਸੁਰਜੀਤ ਕੌਰ ਆ ਰਹੀ ਆ। ਅੱਛਾ, ਤੂੰ ਉਹਨੂੰ ਮਿਲ ਕੇ ਜਾਣਾ? ਹਾਂਜੀ ਹਾਂਜੀ, ਮਿਲ ਕੇ ਜਾਣਾ ਵਾ। ਚੱਲ ਠੀਕ ਆ, ਦੋਨੋਂ ਰਲ ਕੇ ਨਾਲ ਗੱਲ ਕਰ ਲਾਂਗੇ। ਹਾਂ ਬਹਿ ਜਾ, ਮੇਰੀ ਗੱਲ ਸੁਣੋ, ਆ ਰਿਸ਼ਤਾ ਜਾਣ ਨਹੀਂ ਦੇਣਾ ਜੀ। ਲੱਕੀ ਮੈਂ ਤੈਨੂੰ ਪਹਿਲੇ ਵੀ ਕਹਿ ਕੇ ਹਟੀ ਆ ਨਾ, ਹੁਣ ਇਹ ਸੋਖਾ ਘਰ ਬਾਰ ਮਿਲਣ ਦਿਆ ਵਾ, ਤੇ ਮੁੰਡਾ ਜਿਹੜਾ ਨਾ ਮੇਰਾ ਹੀ ਹੀਰਾ ਜੇ। ਮੈਂ ਤੇਰੀ ਸਾਰੀ ਗੱਲ ਨਾਲ ਸਹਿਮਤ ਹਾਂ। ਬਾਕੀ ਹੁਣ ਸੁਰਜੀਤ ਕੌਰ ਆਉਂਦੀ ਹੋਣੀ ਆ, ਤੇ ਕਰ ਲਏ ਫਿਰ ਸਾਰੀ ਗੱਲ। ਕੋਈ ਨੀ, ਆਉਂਦੀ ਮੈਂ ਗੱਲ ਕਰਦੀ। ਕੀ ਹਾਲ ਹੈ ਸੁਰਜੀਤ ਕੌਰ? ਕਿੰਨੀ ਕਿਸਮਤ ਮਾੜੀ, ਇੰਨੀ ਸੋਹਣੀ ਨੂੰ ਹੋ ਕੇ ਐਸਾ ਚੱਲ ਕੀ ਹੈ ਤੀਰੇ ਕਰਮ, ਕੀ ਕਰ ਸਕਦੇ ਹਾਂ? ਸੁਰਜੀਤ ਭੈਣ ਜੀ, ਕਿਵੇਂ ਆਉਣਾ ਹੋਇਆ ਫਿਰ ਅੱਜ? ਲੱਕੀ ਨੇ ਸੱਦਿਆ ਸੀ ਮੈਨੂੰ, ਤੁਹਾਡੇ ਨੂੰਹ ਪੁੱਤਰ ਨੇ ਸੱਦਿਆ ਸੀ, ਅਤੇ ਮੈਂ ਕਿਹਾ ਚੱਲ ਜਿਹੜਾ ਮੈਂ ਘੜੀ ਹੋ ਹੀ ਆਵਾਂ। ਹੋਰ ਸਭ ਪਰਿਵਾਰ ਠੀਕ ਹੈ? ਹਾਂ ਠੀਕ ਠਾਕ, ਸਾਰੇ ਠੀਕ ਠਾਕ ਨੇ। ਦੱਸੋ, ਮੈਂ ਰਿਸ਼ਤੇ ਵਾਸਤੇ ਆਈ ਸੀ। ਹਾਂ ਦੱਸਿਆ, ਮੇਰੇ ਨਾਲ ਲੱਕੀ ਸੀਮਾ ਨੇ ਗੱਲ ਕੀਤੀ ਹੈ। ਹਾਂ ਬਹੁਤ ਵਧੀਆ, ਘਰ ਬਾਰ ਬਹੁਤ ਵਧੀਆ ਹੈਗਾ। ਹਾਂ ਮੁੰਡੇ ਦੀ ਆਪਣੀਆਂ ਫੈਕਟਰੀਆਂ ਨੇ, ਸਭ ਕੁਝ ਹੈ, ਮੇਰਾ ਮਹਾਰਾਜ ਦੀ ਕਿਰਪਾ ਹੈ। ਅੱਛਾ, ਮੈਂ ਬੜੇ ਰਿਸ਼ਤੇ ਕਰਾਉਂਦੀ ਹਾਂ। ਚਲੋ ਫਿਰ ਤਾਂ ਵਧੀਆ ਗੱਲ ਹੈ, ਚੰਗਾ, ਦੋ ਸਿਰ ਜੋੜਨੇ ਵੀ ਕਿਸੇ ਕਿਸੇ ਦਾ ਕੰਮ ਹੁੰਦਾ। ਮੈਂ ਬਹੁਤ ਰਿਸ਼ਤੇ ਬਹੁਤ ਜ਼ਿਆਦਾ ਕਰਾਉਂਦੀ ਹਾਂ। ਅੱਛਾ, ਅਤੇ ਮੁੰਡਾ ਠੀਕ ਹੈ? ਹਾਂ ਮੁੰਡਾ ਠੀਕ ਠਾਕ। ਅਤੇ ਝਾਤੀ ਮਰਾ ਦਿਓ ਫਿਰ ਸਾਨੂੰ ਮੁੰਡੇ ਨੂੰ। ਅਤੇ ਇਹਨਾਂ ਨੇ ਵੇਖਿਆ ਹੈ ਮੁੰਡਾ? ਪਰ ਆਪਾਂ ਮੁੰਡਾ ਵੇਖਿਆ ਵਾ, ਮੁੰਡਾ ਬਹੁਤ ਸੋਹਣਾ ਹੈਗਾ ਜੀ। ਪਰ ਮੈਂ ਤਾਂ ਨਹੀਂ ਵੇਖਿਆ ਨਾ, ਨਾ ਹੀ ਅਜੇ ਸ਼ਮੀ ਨੇ ਵੇਖਿਆ।
ਥੋੜੀ ਜੀ ਝਾਤੀ ਮਰਵਾਈ ਸੀ ਇਹਨਾਂ ਨੇ ਬਾਹਰੋਂ ਬਾਹਰ ਹੀ ਅੱਛਾ ਬਾਰ ਬਾਰ ਵੇਖਿਆ ਮੈਂ ਥੋੜੀ ਵੇਖਿਆ ਜੀ ਅੱਛਾ ਮੈਨੂੰ ਨਹੀਂ ਪਤਾ ਚਲ ਤੇ ਇੱਕ ਕੋਈ ਗੱਲ ਨਹੀਂ ਦੱਸੋ ਕਦੋਂ ਉਹ ਮੁੰਡਾ ਨੂੰ ਝਾਤੀ ਮਰਾਉਂਦੇ ਹੋ ਅਸੀਂ ਇੱਕ ਵਾਰੀ ਮੁੰਡਾ ਵੇਖ ਲਾਂਗੇ ਕੋਈ ਨਹੀਂ ਜਦੋਂ ਤੁਸੀਂ ਕਹੋ ਮੈਂ ਉਹਨਾਂ ਦੇ ਨਾਲ ਚੱਲ ਜਾਂਗੀ ਅੱਛਾ ਤੇ ਮੁੰਡੇ ਦੀ ਉਮਰ ਕਿੰਨੀ ਕੁ ਕੋਈ ਇੰਨੀ ਖਾਸ ਨਹੀਂ ਹੈਗੀ ਅੱਛਾ ਕੋਈ ਵੀ ਤਾਂ 50 ਸਾਲ ਹੈਗੀ 50 ਸਾਲ ਪੰਜਾਹ ਸਾਲ ਸੁਰਜੀਤ ਭੈਣ ਜੀ ਤੁਸੀਂ ਕੀ ਕਹਿੰਦੇ ਪਏ ਹੋ 50 ਸਾਲ ਨਾਲ ਉਹਦੇ 3 ਬੱਚੇ ਵੀ ਹੈਗੇ ਨੇ ਪਰ ਮੈਂ ਤੇ ਵਿਆਹ ਕਰਾਉਣਾ ਹੀ ਨਹੀਂ ਚਾਹੁੰਦੀ ਇਹ ਕਿੱਧਰ ਆਏ ਨੇ ਰਿਸ਼ਤਾ ਲੈ ਕੇ ਮੈਂ ਮੰਮੀ ਜੀ ਨੂੰ ਕਹਿ ਦਾਂਗੀ ਮੈਂ ਵਿਆਹ ਨਹੀਂ ਕਰਾਉਣਾ ਦੁਨੀਆ ਇੱਧਰ ਦੀ ਇੱਧਰ ਹੋ ਜੇ ਤਿੰਨ ਬੱਚੇ ਹਾਂਜੀ ਸੁਰਜੀਤ ਭੈਣ ਜੀ ਤੁਹਾਡਾ ਦਿਮਾਗ ਸੈੱਟ ਹੈ ਐਡਾ ਵਧੀਆ ਘਰ ਬਾਰ ਹੈਗਾ ਸਭ ਕੁਛ ਹੈਗਾ ਹੋਰ ਤੁਹਾਨੂੰ ਕੀ ਚਾਹੀਦਾ ਨਹੀਂ ਤੁਹਾਨੂੰ ਚੰਗਾ ਲੱਗਿਆ ਮੇਰੀ ਧੀ ਤੁਹਾਨੂੰ 50 ਸਾਲਾਂ ਦੀ ਲੱਗਦੀ ਪਈ 48 ਸਾਲਾਂ ਦੀ ਲੱਗਦੀ ਪਈ ਹੈ ਜਿੰਨੀ ਮਰਜ਼ੀ ਉਮਰ ਦੀ ਹੋਵੇ ਹੈਗੀ ਤਾਂ ਵਿਧਵਾ ਹੀ ਹੈ ਨਾ ਸੁਰਜੀਤ ਕੌਰ ਮੈਂ ਕੁਛ ਕਹਿੰਦੀ ਨਹੀਂ ਪਈ ਇਹਦਾ ਮਤਲਬ ਇਹ ਨਹੀਂ ਹੈਗਾ ਮੇਰੀ ਧੀ ਬਾਰੇ ਕੁਛ ਨਹੀਂ ਬੋਲਣਾ ਹੈਗਾ ਮੰਮੀ ਤੇਰੇ ਕਹਿਣੇ ਤੁਹਾਨੂੰ ਮੈਂ ਚੱਲਾਂਗੀ ਤੁਸੀਂ ਜਾਓ ਭੈਣ ਜੀ ਤੁਸੀਂ ਆਪਣੇ ਘਰ ਜਾਓ ਤੁਹਾਡੇ ਰਿਸ਼ਤਿਆਂ ਦੀ ਮੈਨੂੰ ਕੋਈ ਲੋੜ ਨਹੀਂ ਹੈਗੀ ਮੇਰੀ ਧੀ ਵਾਸਤੇ ਚਲੋ ਜਾਓ ਸਿਮਰਨ ਪਹਿਲਾਂ ਘਰ 'ਚ ਸਲਾਹ ਕਰ ਲੈਣੀ ਸੀ ਨਾ ਦੱਸਿਆ ਧਿਆਨ ਨਹੀਂ ਐਡਾ ਵਧੀਆ ਘਰ ਬਾਰ ਹੈਗਾ ਇਹੋ ਜਿਹਾ ਮੁੰਡਾ ਨਹੀਂ ਉਹ ਲੱਭਣਾ ਮੁੜ ਕੇ ਠੀਕ ਹੈ ਹਾਂ ਬਹੁਤ ਵਧੀਆ ਘਰ ਬਾਰ ਹੈਗਾ ਕੁੜੀ ਇਲਾਜ ਕਰੇਗੀ ਠੀਕ ਹੈ ਜੀ ਤੁਸੀਂ ਮੰਮੀ ਇੱਕ ਵਾਰੀ ਮੁੰਡਾ ਦੇ ਵੇਖ ਲਓ ਅਜੇ ਮੈਂ ਕਹਿੰਦਾ ਚੁੱਪ ਕਰ ਜਾ ਜਾਓ ਭੈਣ ਜੀ ਤੁਸੀਂ ਜਾਓ ਸੋਚ ਕੇ ਮੈਨੂੰ ਦੱਸ ਦੇਣਾ ਠੀਕ ਹੈ ਜੀ ਮੰਮੀ ਐਡਾ ਸੋਹਣਾ ਰਿਸ਼ਤਾ ਆਇਆ ਉੱਥੋਂ ਵੀ ਤੁਸੀਂ ਟਕਰਾਤਾ ਫੜ ਕੇ ਤੇ ਕੀ ਕਰਾਂ ਦੱਸ ਉਹਨੂੰ 50 ਸਾਲ ਦੇ ਬੁੱਢੇ ਨਾਲ ਤੋਰ ਦਿਆ ਉਹਨੂੰ ਮਾਤਾ ਦਾ ਵੀ ਦਿਮਾਗ ਖਰਾਬ ਹੋ ਗਿਆ ਫਿਰ ਹਾਂ ਮਾਤਾ ਦਾ ਦਿਮਾਗ ਖਰਾਬ ਹੈ ਤੇਰਾ ਚੰਗਾ ਹੈ ਤੂੰ ਮੁੰਡਾ ਵੇਖਿਆ ਤੂੰ ਮੈਨੂੰ ਦੱਸਿਆ ਤੂੰ ਉੱਥੇ ਕਿਉਂ ਨਹੀਂ ਗੱਲ ਨੂੰ ਖਤਮ ਕੀਤਾ ਐਡਾ ਸੋਹਣਾ ਉਹਦਾ ਕੰਮ ਕਾਰ ਹਾਂ ਤੇ ਕੀ ਕਰਾਂ ਨਿੱਕੀ ਜਿਹੀ ਕੁੜੀ ਉਹਦੇ ਨਾਲ ਤੋਰਦਾ ਬੁੱਢੇ ਨਾਲ ਸੋਚਦੀ ਪਈ ਸੀ ਮੈਂ ਤੇ ਖੁਸ਼ੀ ਬੜੀ ਹੋ ਗਈ ਸਾਂ ਹਾਏ ਮੇਰੀ ਨੂੰਹ ਪੁੱਤ ਇੰਨਾ ਸੋਚਦੇ ਪਏ ਨੇ ਉਹਦੇ ਵਾਸਤੇ ਮੈਂ ਤੇ ਅੰਦਰੋਂ ਆਖ ਤੁਸੀਂ ਆ ਵੇਖੋ ਹੱਥ ਜੋੜਦੀ ਆ ਮੈਂ ਤੁਹਾਡੇ ਅੱਗੇ ਨਾ ਹੱਥ ਜੋੜੋ ਬਖਸ਼ ਦਿਓ ਆਪਾਂ ਜੋੜਦੇ ਆ ਉਸ ਕੁੜੀ ਨੂੰ ਬਖਸ਼ ਦਿਓ ਆਪਾਂ ਜੋੜ ਦਿੰਨੇ ਆ ਹੱਥ ਲੈ ਜਾ ਕੇ ਕੰਮ ਕਰ ਕਰੋ ਇਹਨਾਂ ਨੇ ਪਤਾ ਨਹੀਂ ਕਿਹੜਾ ਨਵਾਬ ਲੱਭਣਾ ਵਾ ਹੁਣ ਉਹਨਾਂ ਵਾਸਤੇ ਸ਼ੰਮੀ ਵਾਸਤੇ ਮੇਰੀ ਗੱਲ ਸੁਣ ਸੀਮਾ ਜੇ ਉਹਦੀ ਕਿਸਮਤ ਵਿੱਚ ਨਵਾਬ ਹੈ ਨਾ ਤੇ ਨਵਾਬ ਹੀ ਆਏਗਾ ਆਪਾਂ ਵੀ ਵੇਖਨੇ ਤੇ ਕਿਹੜਾ ਨਵਾਬ ਹੁੰਦਾ ਆਏਗਾ ਰੱਬ ਦੇ ਘਰ ਨਾ ਦੇਰ ਹੈ ਅੰਧੇਰ ਨਹੀਂ ਹੈਗਾ ਚਲੋ ਜਦੋਂ ਹੋਏਗਾ ਨਾ ਫਿਰ ਵੇਖਾਂਗੇ ਨਵਾਬ ਕਿਸ ਤਰ੍ਹਾਂ ਦਾ ਹਾਂ ਵੇਖਾਂਗੇ ਤੁਹਾਨੂੰ ਨਹੀਂ ਮੈਂ ਕਿਹਾ ਸੀ
चले जाओ चुप करके तो मेरे कमरे के बाहर। इतने कोई फायदा नहीं है गल करन दा। तू चल बाहर। मैनू भी काम तो लेट कराता ते बेशर्म औलाद। शम्मी। हाँ जी मम्मी। की सोचती भी है? मम्मी सोचना की है? सोचती है पई है कि मैं तुहानू भी भारी लगन लग गई हूं। मैनू इन्ना पता है दीदी भाजी मैनू घर च नहीं रखना चाहते। वो मैनू घरों कढ़ना ही चाहते है। ये मैं जानती हाँ मम्मी। पर तुही इदा सोचोगे कि मेरे वास्ते रिश्ता वेखोगे? मैं कभी सोचा भी नहीं। थानू तो पता ही है उन्होंने मैं कितना प्यार करती ही। एक मिनट नहीं रहिंदे एक दूजे बिना सी। पर रब दी आई अगे कोई कुछ नहीं कर सकता। वेखो मम्मी वो नहीं रहे इत्थे पर मैं तो तुहाडे कोल हैगी हां ना। तुसीं मैनू ही अपना पुत समझो। मैं इत्थे रह के तुहाडी सेवा करना चाहुंदी हां। मैं तुहानू छड्ड के नहीं जाना चाहती ना ही मैनू किसी विआह की लोड़ आ। बस मैनू अपने चरणों च जगह दे दो। इन्ना बहुत है मेरे वास्ते। धीया इदा नहीं कहदियाँ उदियाँ ना। इदा नहीं कहना नाल मेरी गल सुन मम्मी। कोई भी धी माँ पे भारी नहीं होंगी। धी कहते हो फिर रिश्ते का तो वेख दियो मेरे वास्ते। धीया तो फिर मैनू रखो ना अपने कोल। बोझ क्यों समझन लग पे जे। मैं किते नहीं जाना मम्मी। ठीक आज तो बाद मेरे रिश्ते दी घर च कदी कोई गल नहीं होनी चाहिए। नहीं तो मेरे तो बुरा कोई नहीं जे। ठीक ठीक है। जदों तेरा जी करेगा ना पुत्र जदों तेरा दिल करेगा बस तू उदो अपनी मां नू दसना। बस ठीक है। पर मैं तेरे फैसले का इंतजार जरूर करांगी पुत्र। मम्मी मैनू नहीं लगता मैं किसी होर अपने दिल च जगह दवांगी। कदी मैं बस इदा ही रवांगी हुण रहिंदी जिंदगी तक। कोई कोई गल जाओ हुण चाह बना के पिया दियो। सिर पीड़ लग गई मेरी सुरजीत कौर। आ होई ना गल ऐदा ऑर्डर करिया करो अपनी धी नूं। जा मेरा पुत चाह बना के लिया अपना भी कप बना लिया चाह। अच्छा ले दोनों पीने। वो तो बनाना ही है। खपा ही गई है मेनू तो। तुसीं जे सद के बिठा लेंदे जे वेले के थां दे ओ भी आन के बह गए। ओने सदे लक्की ने ओही ते मुंदरी वी इत्थों गई है। भाजी हुणी ते बस मेनू कढ़न नूं फिरदे आ कि किसे तरह इहनूं घरों कढ दईए। सही जांदे आपां तां कोई असर नहीं हैगा। जा बचा पीए खापा ते वो भी घर पहुंच गई होनी है। हमने ले आई मम्मी। जा पीए तेनू ते मैं हस के वखाता। तू भी कहता कि मम्मी जे मैं तुहाडी धी हाँ तो मैनू इत्थों तोरियो ना। तेनू की पता शमी तू अजे बच्चा है तेनू अजे जिंदगी कबीलदारियाँ नहीं पता। सब तो वड्डे दुश्मन तेरे इस घर च ही बैठे ने। इन्हां तेनू पुत नहीं जीण देना तेनू साह भी नहीं लैन देना।
मैं तो सोचती हूँ रब्बा जे मैनू कुछ हो गया तेरा की बनेगा। मैं तो ये सोच के कहनी हाँ कि तू अपनी जिंदगी च अगे वध इन्ना तेनू नहीं सामना की करेगी तू तू इन्नी चलाक चुस्त भी नहीं की करेंगी। कोई नहीं रब्बा चंगा ही कुछ वखा सच्चे पातशाह तू सब दिया सुनदा मेरी धी की भी सुन सोने की भी अरदास कुछ चंगा कर दे सब ते मुंह बंद हो जाए तो मेरी धी का घर वास अपने घर खुश रहे।